ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ। ਸੋ ਬਹੁਤ ਸਾਰੀਆਂ ਕਨਫਿਊਜ਼ਨਸ ਅਲੱਗ ਅਲੱਗ ਕੰਟਰੀ ਨੂੰ ਲੈ ਕੇ ਰਹਿੰਦੀਆਂ, ਪਰ ਇੱਕ ਟੌਪਿਕ ਹੈ ਜਿਹੜਾ ਆਪਾਂ ਕਿਸੇ ਨੇ ਨਹੀਂ ਟੱਚ ਕੀਤਾ, ਉਹ ਸੀਗਾ ਆਸਟ੍ਰੇਲੀਆ ਨੂੰ ਲੈ ਕੇ। ਖਾਸ ਕਰਕੇ ਮੈਂ ਅਜੇ ਤੱਕ ਟੱਚ ਨਹੀਂ ਕੀਤਾ, ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਕੀ ਸੰਭਾਵਨਾਵਾਂ ਨੇ, ਬੱਚੇ ਬਹੁਤ ਕਨਫਿਊਜ਼ ਨੇ, ਖੁੱਲ੍ਹੇਗਾ ਨਹੀਂ ਖੁੱਲ੍ਹੇਗਾ, ਕਦੋਂ ਖੁੱਲ੍ਹੇਗਾ, ਕੀ ਚੱਲ ਰਿਹਾ ਆਸਟ੍ਰੇਲੀਆ ਨੂੰ ਲੈ ਕੇ। ਕਿਸੇ ਤਰ੍ਹਾਂ ਦੇ ਕੋਈ ਅਪਡੇਟ ਵੀ ਸੁਣਨ ਨੂੰ ਨਹੀਂ ਮਿਲ ਰਹੇ, ਕੋਈ ਔਨਲਾਈਨ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋ ਰਹੀਆਂ। ਸੋ ਅੱਜ ਆਸਟ੍ਰੇਲੀਆ ਦੇ ਟੌਪਿਕ 'ਤੇ ਆਪਾਂ ਡੈਡੀਕੇਟਡਲੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ, ਕਿਉਂਕਿ ਅਦਰਵਾਈਜ਼ ਤੁਸੀਂ ਅਗਰ ਸਬਸਕ੍ਰਾਈਬ ਨਹੀਂ ਕੀਤਾ ਹੋਊਗਾ ਤਾਂ ਹਰ ਲੇਟੈਸਟ ਸ਼ੋਅ ਸ਼ਾਇਦ ਤੁਹਾਡੇ ਤੱਕ ਨਾ ਪਹੁੰਚ ਸਕੇ। ਸੋ ਆਸਟ੍ਰੇਲੀਆ, ਆਸਟ੍ਰੇਲੀਆ ਦਾ ਮੈਂ ਦੱਸ ਦਿੰਦਾ ਜੀ। ਕੈਨੇਡਾ ਆਪਾਂ ਦੇਖਿਆ ਕਿ ਖੁੱਲ੍ਹ ਚੁੱਕਾ ਹੈ, ਅੰਬੈਸੀ ਆਪਣਾ ਕੰਮ ਕਰ ਰਹੀ ਹੈ, CAQ ਡਿਪਾਰਟਮੈਂਟ ਕੰਮ ਕਰ ਰਿਹਾ ਹੈ, ਬਾਇਓਮੈਟ੍ਰਿਕਸ ਸਿਰਫ ਰਹਿ ਗਏ ਨੇ ਔਰ ਫਲਾਈਟਸ ਰਹਿ ਗਈਆਂ, ਮੈਡੀਕਲ ਅਪੁਆਇੰਟਮੈਂਟਸ ਵੀ ਉਹਦੀਆਂ ਹੋ ਰਹੀਆਂ ਨੇ। ਸੇਮ ਲੈਵਲ 'ਤੇ UK ਦੇ ਵਿੱਚ ਵੀ ਹੁਣ ਜਿਹੜਾ ਹੋਮ ਆਫਿਸ ਹੈ ਜੀ, ਉਹ ਕੰਮ ਕਰਨ ਲੱਗ ਗਿਆ, ਅੰਬੈਸੀ ਵਰਕਆਊਟ ਕਰਨ ਲੱਗ ਗਈ ਹੈ। ਚਾਈਨਾ ਦੇ ਵਿੱਚ ਉਹਨਾਂ ਨੇ ਆਪਣੇ ਓਪਰੇਸ਼ਨ ਖੋਲ੍ਹ ਦਿੱਤੇ ਨੇ, ਸੋ ਇਟਸ ਮੱਚ ਲਾਈਕਲੀ ਕਿ ਉਹ ਬਾਕੀ ਜਗ੍ਹਾ 'ਤੇ ਵੀ ਆਉਣ ਵਾਲੇ ਦਿਨਾਂ 'ਚ ਖੁੱਲ੍ਹ ਜਾਣਗੇ। ਬਟ ਆਸਟ੍ਰੇਲੀਆ ਤੋਂ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਹੈਗਾ, ਕਿਉਂਕਿ ਆਸਟ੍ਰੇਲੀਆ ਇਸ ਮਾਮਲੇ 'ਚ ਸ਼ਾਇਦ ਲਾਸਟ ਇਨ ਕਿਊ ਹੈ, ਮਤਲਬ ਉਹ ਲਾਸਟ 'ਚ ਚੱਲ ਰਿਹਾ, ਅਖੀਰ 'ਚ ਚੱਲ ਰਿਹਾ। ਆਸਟ੍ਰੇਲੀਆ ਦੇ ਵਿੱਚ ਪ੍ਰੈਜੈਂਟਲੀ ਕਿਸੇ ਤਰ੍ਹਾਂ ਦੀਆਂ ਆਫਰ ਲੈਟਰਸ ਵੀ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ, ਬਿਕੋਜ਼ ਆਫਰ ਲੈਟਰ ਇਸ਼ੂ ਕਰਨ ਲਈ ਯੂਨੀਵਰਸਿਟੀਜ਼ ਨੂੰ ਜਿਹੜਾ ਉਹਨਾਂ ਦਾ GTE ਕ੍ਰਾਈਟੀਰੀਆ ਉਹ ਫੁਲਫਿਲ ਕਰਨਾ ਪੈਂਦਾ। GTE ਕ੍ਰਾਈਟੀਰੀਆ ਫੁਲਫਿਲ ਕਰਨ ਲਈ ਕਈ ਤਰ੍ਹਾਂ ਦੇ ਤੁਹਾਡੇ ਡਾਕੂਮੈਂਟਸ ਹੁੰਦੇ ਨੇ ਜਿਹੜੇ ਉਹ ਵੈਰੀਫਾਈ ਕਰਦੇ ਨੇ, ਫੰਡਸ ਨੂੰ ਲੈ ਕੇ, ਤੁਹਾਡੇ ਇਨਕਮ ਸੋਰਸ ਨੂੰ ਲੈ ਕੇ ਐਂਡ ਅਦਰ ਥਿੰਗਸ ਨੂੰ ਲੈ ਕੇ। ਸੋ ਸਾਰਾ ਕੁਝ ਕਈ ਵਾਰੀ ਇਸ ਲੋਕਡਾਊਨ ਦੀ ਸਿਚੁਏਸ਼ਨ 'ਚ ਪ੍ਰੈਕਟੀਕਲੀ ਨਹੀਂ ਹੋ ਰਿਹਾ, ਔਰ ਉਹਨਾਂ ਦੇ ਜਿਹੜੇ ਇੰਡੀਆ ਬੇਸਡ ਆਫਿਸਿਸ ਨੇ ਮੋਸਟਲੀ ਹਜੇ ਦੇ ਆਰ ਨੋਟ ਪਰਫੋਰਮਿੰਗ ਔਰ ਦੇ ਆਰ ਨੋਟ ਵਰਕਿੰਗ। ਸੋ ਚੀਜ਼ਾਂ ਥੋੜ੍ਹੀਆਂ ਸਟੈਂਡ ਸਟਿਲ ਪੁਆਇੰਟ 'ਤੇ ਇਸ ਟਾਈਮ ਹੈਗੀਆਂ ਨੇ ਆਸਟ੍ਰੇਲੀਆ ਨੂੰ ਲੈ ਕੇ। ਆਸਟ੍ਰੇਲੀਆ 'ਚ ਲੱਗੀਆਂ ਹੋਈਆਂ ਫਾਈਲਾਂ 'ਤੇ ਵੀ ਹਜੇ ਕਿਸੇ ਤਰ੍ਹਾਂ ਦਾ ਕੰਮ ਸਟਾਰਟ ਨਹੀਂ ਹੋਇਆ, ਸੋ ਇਸ ਲਈ ਫਾਈਲਸ ਨੂੰ ਲੈ ਕੇ ਵੀ ਉੱਥੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆ ਰਿਹਾ। ਫਲਾਈਟਸ ਜਿਹੜੀਆਂ ਨੇ ਉਹ ਸਿੰਗਾਪੁਰ ਤੋਂ ਹੁਣ ਆਸਟ੍ਰੇਲੀਆ ਲਈ ਸ਼ੁਰੂ ਹੋ ਜਾਣਗੀਆਂ ਥੋੜ੍ਹੇ ਦਿਨਾਂ 'ਚ, ਬਟ ਇੰਡੀਆ ਦੀਆਂ ਇੰਟਰਨੈਸ਼ਨਲ ਫਲਾਈਟਸ ਕਦੋਂ ਸਟਾਰਟ ਹੁੰਦੀਆਂ ਨੇ, ਦੈਟ ਆਲ ਮੇਕਸ ਕਿ ਆਸਟ੍ਰੇਲੀਆ ਕਦੋਂ ਬੰਦਾ ਫਲਾਈ ਕਰ ਸਕੂਗਾ। ਸਟੂਡੈਂਟਸ ਜਿਹੜੇ ਆਲਰੇਡੀ ਵੀਜ਼ਾ ਹੋਲਡਰ ਸੀਗੇ ਔਰ ਸਟੂਡੈਂਟ ਜਿਹੜੇ ਆਲਰੇਡੀ ਆਸਟ੍ਰੇਲੀਆ 'ਚ ਸੀਗੇ ਜਾਂ ਆਸਟ੍ਰੇਲੀਆ 'ਚੋਂ ਕਿਤੇ ਟਰੈਵਲ ਕਰਨ ਆਏ ਸੀ ਜਾਂ ਆਪਣੇ ਘਰ ਆਏ ਸੀ ਮਿਲਣ, ਉਹ ਬੱਚੇ ਵੀ ਸਟੱਕ ਹੋਏ ਪਏ ਆ ਲੋਕਡਾਊਨ 'ਚ। ਸੋ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਅਨਾਊਂਸਮੈਂਟ ਕੁਛ ਦੇਰ ਪਹਿਲਾਂ ਆਈ ਸੀ, ਉਹਦੇ ਵਿੱਚ ਆ ਸੀਗਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਾਡਾ ਆਊਟ ਆਫ ਕੰਟਰੀ ਹੈ, ਪਹਿਲਾਂ ਅਸੀਂ ਉਹਨੂੰ ਐਂਟਰੀ ਦੇਵਾਂਗੇ, ਉਹਨਾਂ ਨੂੰ ਕੁਆਰੰਟੀਨ ਕਰਾਂਗੇ, ਉੱਥੋਂ ਚੀਜ਼ਾਂ ਨੂੰ ਉਹ ਕੈਲਕੂਲੇਟ ਕਰਨਗੇ, ਐਂਡ ਦੈਨ ਜਿਹੜਾ ਨੈਕਸਟ ਸਟੈਪ ਹੋਊਗਾ, ਜਿਹੜਾ ਫਰੈਸ਼ਰ ਸਟੂਡੈਂਟ ਆ, ਜਿਹੜਾ ਨਿਊ ਸਟੂਡੈਂਟ ਆ, ਉਹਨੂੰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਆਸਟ੍ਰੇਲੀਅਨ ਯੂਨੀਵਰਸਿਟੀਜ਼ ਵੀ ਹੋਮ ਆਫਿਸ ਅਤੇ ਗੌਰਮੈਂਟ ਨਾਲ ਅਲਾਈਜ਼ ਕਰ ਰਹੀਆਂ ਨੇ ਕਿ ਅਸੀਂ ਜਿਹੜੀਆਂ ਰੀਜਨਲ ਯੂਨੀਵਰਸਿਟੀਜ਼ ਨੇ, ਜਿਹੜੀਆਂ ਰੀਜਨਲ ਏਰੀਏ ਦੀਆਂ ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਲਿਆ ਸਕਣ, ਕਿਉਂਕਿ ਉੱਥੇ ਕੁਆਰੰਟੀਨ ਕਰਨਾ ਜਾਂ ਉਹਨਾਂ ਦਾ ਕੁਆਰੰਟੀਨ ਹੋਣ ਦੀਆਂ ਪੋਸੀਬਿਲਿਟੀਜ਼ ਨੂੰ ਕ੍ਰੀਏਟ ਕਰਨਾ ਜ਼ਿਆਦਾ ਸੌਖਾ ਵੀ ਲੱਗ ਰਿਹਾ, ਔਰ ਪਲੱਸ ਇਸ ਟਾਈਮ 'ਤੇ ਜਿਹੜੀਆਂ ਰੀਜਨਲ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਇੱਕ ਬੂਮ ਵੀ ਮਿਲੇਗਾ, ਕਿਉਂਕਿ ਜਲਦੀ ਜਾਣ ਦੇ ਚੱਕਰ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਫਿਰ ਉਹਨਾਂ ਦੇ ਵਿੱਚ ਜ਼ਿਆਦਾ ਅਪਲਾਈ ਵੀ ਕਰੇਗਾ। ਸੋ ਇੱਦਾਂ ਦੇ ਕਈ ਕਿਆਸ ਆਸਟ੍ਰੇਲੀਆ ਨੂੰ ਲੈ ਕੇ ਚੱਲ ਰਹੇ ਨੇ, ਬਟ ਹਜੇ ਕਿਸੇ ਤਰ੍ਹਾਂ ਦੀ ਕਨਫਰਮੇਸ਼ਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਕਹਿ ਲਈਏ ਆਪਾਂ ਗੌਰਮੈਂਟ ਵੱਲੋਂ ਅਪਰੂਵਲ ਹਜੇ ਨਾ ਤਾਂ ਯੂਨੀਵਰਸਿਟੀਆਂ ਨੂੰ ਮਿਲ ਪਾਈ ਹੈ, ਔਰ ਨਾ ਹੀ ਹਜੇ ਜਿਹੜਾ ਹੋਮ ਆਫਿਸ ਹੈ, ਜਿਹੜੀ ਅੰਬੈਸੀ ਹੈ, ਉਹਨੇ ਕਿਸੇ ਤਰ੍ਹਾਂ ਦੇ ਓਪਰੇਸ਼ਨਸ ਆਪਣੇ ਸਟਾਰਟ ਕੀਤੇ ਨੇ। ਸੋ ਫਿਲਹਾਲ ਜਿਹੜੇ ਆਸਟ੍ਰੇਲੀਆ ਜਾਣ ਵਾਲੇ ਬੱਚੇ ਆ, ਉਹਨਾਂ ਲਈ ਐਡਵਾਈਜ਼ ਇਹੀ ਹੈ ਕਿ ਆਇਲਸ ਹੀ ਉੱਥੇ ਜ਼ਿਆਦਾਤਰ ਅਸੈਪਟੇਬਲ ਹੈ, ਜਾਂ ਟੋਇਫਲ ਅਸੈਪਟੇਬਲ ਹੈ, ਜਾਂ PTE ਅਸੈਪਟੇਬਲ ਹੈ। ਡਿਓਲਿੰਗੋ ਨੂੰ ਲੈ ਕੇ ਉੱਥੇ ਅਸੈਪਟੈਂਸ ਦੀਆਂ ਸੰਭਾਵਨਾਵਾਂ ਐਡਮਿਸ਼ਨ ਨੂੰ ਲੈ ਕੇ ਵੀ ਬਹੁਤ ਘੱਟ ਨੇ, ਸੋ ਕੋਸ਼ਿਸ਼ ਇਹੀ ਕਰੋ ਕਿ ਆਪਣੇ PTE ਦੇ ਇਗਜ਼ਾਮ ਜਿਹੜੇ ਕੁਛ ਸੈਂਟਰਾਂ 'ਚ ਚੱਲ ਰਹੇ ਨੇ ਉਹ ਜ਼ਰੂਰ ਦੇ ਲਓ, ਤਾਂ ਕਿ ਤੁਸੀਂ ਆਸਟ੍ਰੇਲੀਆ ਜਿਹੜੇ ਬੱਚੇ ਜਾਣਾ ਹੀ ਚਾਹੁੰਦੇ ਆ ਉਹ ਉਹਨੂੰ ਕੈਚਅਪ ਕਰ ਸਕਣ। ਆਸਟ੍ਰੇਲੀਆ ਦੇ ਖੁੱਲ੍ਹਣ ਦੀ ਸੰਭਾਵਨਾ ਜਿਹੜੀ ਪੋਸੀਬਿਲਿਟੀ ਜਿਹੜੀ ਲੱਗ ਰਹੀ ਹੈ ਜੀ, ਉਹ ਸਮਵੇਅਰ ਅਕਤੂਬਰ ਇਨਟੇਕ ਹੋ ਸਕਦਾ, ਬਟ ਮੋਸਟ ਲਾਈਕਲੀ ਸ਼ਾਇਦ ਸਟੋਰੀ ਨਵੰਬਰ ਔਰ ਡਿਸੰਬਰ ਤੱਕ ਜਾਊਗੀ। ਸੋ ਇਹੋ ਜਿਹੇ ਹੌਲੀ ਹੌਲੀ ਚੀਜ਼ਾਂ 'ਤੇ ਡਿਪੈਂਡ ਕਰੂਗਾ ਕਿ ਆਸਟ੍ਰੇਲੀਆ ਕਿੱਦਾਂ ਆਪਣੇ ਮੂਵਸ ਲੈਂਦਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੋਕਲ ਲੋਕਡਾਊਨ ਹੈ ਉਹ ਬਾਕੀ ਕੰਟਰੀਆਂ ਦੀ ਤਰ੍ਹਾਂ ਹੁਣ ਘੱਟ ਰਿਹਾ ਜਾਂ ਹਟ ਰਿਹਾ, ਸੋ ਉਹਦਾ ਇੱਕ ਫਾਇਦਾ ਕਿਤੇ ਨਾ ਕਿਤੇ ਇੰਪੈਕਟ ਹੌਲੀ ਹੌਲੀ ਇੰਟਰਨੈਸ਼ਨਲ ਸਟੂਡੈਂਟ ਵੱਲ ਨੂੰ ਆਊਗਾ, ਬਟ ਸ਼ਾਇਦ ਉਨੀ ਸਪੀਡਲੀ ਨਾ ਬਾਊਂਸ ਬੈਕ ਕਰੇ ਜਿੰਨੀ ਸਪੀਡਲੀ ਕੈਨੇਡਾ ਨੇ ਬਾਊਂਸ ਬੈਕ ਕੀਤਾ ਇਹਦੇ ਉੱਤੇ। ਸੋ ਆਸਟ੍ਰੇਲੀਆ ਥੋੜ੍ਹਾ ਸਲੋ ਰਹੂਗਾ, ਬੱਚਿਆਂ ਨੂੰ ਥੋੜ੍ਹਾ ਪੇਸ਼ੈਂਸ ਰੱਖਣਾ ਪਊਗਾ। ਕੈਨੇਡਾ ਵਾਲੇ ਬੱਚੇ ਡੈਫੀਨੇਟਲੀ ਆਪਣੀਆਂ ਐਪਲੀਕੇਸ਼ਨਸ ਨੂੰ, ਆਪਣੇ ਪ੍ਰੋਫਾਈਲਸ ਨੂੰ ਅੱਗੇ ਚਲਾ ਸਕਦੇ ਆ। UK ਵਾਲੇ ਬੱਚੇ ਵੀ ਹੁਣ ਚਲਾ ਸਕਦੇ ਆ, ਸਮਵੇਅਰ UK ਜਿਹੜਾ ਜੀ ਜੂਨ ਐਂਡ ਜਾਂ ਜੁਲਾਈ ਦੇ ਵਿੱਚ ਅੰਬੈਸੀਜ਼ ਉਹਦੀਆਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਆਸਟ੍ਰੇਲੀਆ ਹਜੇ ਲੰਬਾ ਸਮਾਂ ਲੈ ਸਕਦਾ, ਸੋ ਆਸਟ੍ਰੇਲੀਆ ਵਾਲੇ ਬੱਚੇ ਆਪਣਾ PTE ਵਗੈਰਾ ਦੇ, ਕਿਉਂਕਿ ਇਸ ਟਾਈਮ ਬਹੁਤ ਜ਼ਿਆਦਾ ਬੱਚੇ ਇਗਜ਼ਾਮ ਨਹੀਂ ਦੇ ਪਾਉਂਦੇ, ਸੈਂਟਰ ਦੇ ਵਿੱਚ ਲਿਮਿਟ ਹੈ, ਸੋ ਲਿਮਿਟਡ ਬੱਚੇ ਉੱਥੇ ਇਗਜ਼ਾਮ
पीटीई ਦੇ ਉੱਤੇ ਮਿਹਨਤ ਕਰੋ ਆਲਸ ਦੇ ਐਗਜ਼ਾਮ ਹੈ ਜੇ ਨਹੀਂ ਹੋ ਰਹੇ ਸੋ ਤੁਸੀਂ ਨਹੀਂ ਕਰ ਸਕਦੇ ਬਟ ਪੀਟੀਈ ਐਕਸੈਪਟੇਬਲ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਔਰ ਉਹਦੇ ਐਗਜ਼ਾਮ ਵੀ ਹੋਣ ਜਲੰਧਰ ਦੇ ਵਿੱਚ ਲੁਧਿਆਣਾ ਆਪਣੇ ਅੰਮ੍ਰਿਤਸਰ ਦੇ ਵਿੱਚ ਇੱਦਾਂ ਕੁਝ ਚੰਡੀਗੜ੍ਹ ਦੇ ਵਿੱਚ ਕੁਝ ਸੈਂਟਰਾਂ ਦੇ ਵਿੱਚ ਅਲਾਊਡ ਹੋ ਚੁੱਕਿਆ ਸੋ ਉਹ ਤੁਸੀਂ ਬੁੱਕ ਕਰ ਸਕਦੇ ਹੋ ਐਡਮਿਸ਼ਨਸ ਲਈ ਤੁਸੀਂ ਐਪਲੀਕੇਸ਼ਨਸ ਆਪਣੇ ਕੰਸਲਟੈਂਟਸ ਨਾਲ ਪ੍ਰਪੇਅਰਡ ਕਰ ਸਕਦੇ ਹੋ ਬਟ ਆਫਰ ਲੈਟਰਸ ਸ਼ਾਇਦ ਤੁਹਾਨੂੰ ਹਜੇ ਆਸਟ੍ਰੇਲੀਆ ਦੀਆਂ ਨਾ ਮਿਲ ਸਕਣ ਸ਼ਾਇਦ ਇਹਨਾਂ ਦੇ ਵਿੱਚ ਕੁਝ ਹੋਰ ਸਮਾਂ ਲੱਗੇ ਸੋ ਇਹਨਾਂ ਅਪਡੇਟਸ ਦੇ ਨਾਲ ਹੀ ਮੈਂ ਆਸਟ੍ਰੇਲੀਆ ਦੇ ਬਾਰੇ ਬਹੁਤ ਜ਼ਿਆਦਾ ਹਜੇ ਨਹੀਂ ਦੱਸ ਸਕਾਂਗਾ ਕਿਉਂਕਿ ਬਹੁਤ ਸਾਰੀਆਂ ਚੇਂਜਿਸ ਜਾਂ ਅਨਾਊਂਸਮੈਂਟ ਆਸਟ੍ਰੇਲੀਆ ਨਹੀਂ ਕਰ ਰਿਹਾ ਪਰ ਜਿੱਦਾਂ ਹੀ ਕੋਈ ਚੇਂਜਿਸ ਜਾਂ ਅਨਾਊਂਸਮੈਂਟਸ ਆਉਣਗੀਆਂ ਮੇਰੀ ਕੋਸ਼ਿਸ਼ ਹੋਊਗੀ ਤੁਹਾਡੇ ਤੱਕ ਹੋਰ ਅਪਡੇਟਸ ਲੈ ਕੇ ਆਵਾਂ ਸੋ ਪ੍ਰੈਜੈਂਟਲੀ ਆਸਟ੍ਰੇਲੀਆ ਐਡਮਿਸ਼ਨਸ ਲੈਣ ਵਾਲੇ ਬੱਚੇ ਮੈਂ ਇੰਨਾ ਕਹਿ ਸਕਦਾ ਕਿ ਹਾਂ ਆਪਣੇ ਕੰਸਲਟੈਂਟਸ ਨਾਲ ਆਪਣੇ ਪ੍ਰੋਫਾਈਲਸ ਦੀ ਡਿਸਕਸ਼ਨ ਔਰ ਉਹਦੇ ਬੇਸਿਕਸ ਕਲੀਅਰ ਜ਼ਰੂਰ ਕਰਕੇ ਰੱਖ ਲਓ ਤਾਂ ਕਿ ਜਦੋਂ ਚੀਜ਼ਾਂ ਚੱਲਣ ਤਾਂ ਉਦੋਂ ਇੱਕਦਮ ਭੱਜਾ ਦੌੜੀ ਨਾ ਪਵੇ ਅੱਜ ਦੇ ਲਈ ਸਤਿ ਸ਼੍ਰੀ ਅਕਾਲ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ